biar pinggir. Kayak saya rena sih itu. Saya mau tanya bukan. Jauh. Oh iya. ਉਹ ਪੈਸੇ ਭਾਈ ਬਾਹਰੋਂ ਕੀ ਲੁੱਟ ਲਿਓ ਕੋਈ ਗੱਲ ਥੋੜਾ ਪਿੱਛੇ ਹੋ ਕੇ ਲੁੱਟੇ ਉਹ ਬਰਾਂਚ ਪੈਸੇ ਬਾਹਰ ਸਾਰੇ ਕੈਮਰਾ ਮੈਨ ਲੁੱਟਣ ਨੂੰ ਤਿਆਰ ਬੈਠੇ ਪੈਸੇ ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਪ੍ਰੀਤ ਕੌਰ ਅਤੇ ਤੁਸੀਂ ਵੇਖ ਰਹੇ ਹੋ 5000 ਨਿਊਜ਼। 23 ਫਰਵਰੀ ਨੂੰ ਫਿਲਮ ਰਿਲੀਜ਼ ਹੋਣ ਵਾਲੀ ਹੈ ਜੇ ਪੈਸਾ ਬੋਲਦਾ ਹੁੰਦਾ। ਇਸ ਫਿਲਮ ਦੇ ਵਿੱਚ ਹਰਦੀਪ ਗਰੇਵਾਲ ਇਹਨਾਂ ਢਿੱਲੋਂ ਦੀ ਜੋੜੀ ਨਜ਼ਰ ਆਉਣ ਵਾਲੀ ਹੈ ਅਤੇ ਅੱਜ ਅਸੀਂ ਫਿਲਮ ਦੇ ਪ੍ਰੀਮੀਅਰ 'ਤੇ ਪਹੁੰਚੇ ਹੋਏ ਹਾਂ। ਫਿਲਮ ਵੇਖਾਂਗੇ, ਫਿਲਮ ਕਿਵੇਂ ਦੀ ਹੋਏਗੀ ਉਹਦੇ ਵੀ ਤੁਹਾਨੂੰ ਅਸੀਂ ਰਿਵਿਊ ਦੇਵਾਂਗੇ ਅਤੇ ਸਟਾਰਕਾਸਟ ਦੇ ਨਾਲ ਵੀ ਗੱਲਬਾਤ ਕਰਾਂਗੇ। ਤਾਂ ਚੱਲਦੇ ਹਾਂ ਸਭ ਤੋਂ ਪਹਿਲੇ ਇਸ ਫਿਲਮ ਨੂੰ ਦੇਖਣ ਅਤੇ ਬਾਅਦ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਸਟਾਰਕਾਸਟ ਦੀਆਂ ਗੱਲਾਂ ਬਾਤਾਂ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਦਾ ਜਿੱਥੇ ਅੱਜ ਪਹੁੰਚਣ 'ਤੇ ਜੀ ਪੈਸਾ ਬੋਲ ਤੋਂ ਅੰਦਰ ਜੀ ਕੇ 23 ਫਰਵਰੀ ਜੋ ਫਿਲਮ ਰਿਲੀਜ਼ ਹੋ ਜਾਣੀ ਹੈ ਜੀ, ਪਰ ਹਰ ਚੋਲਾ ਸਾਨੂੰ ਤਾਂ ਚੱਲ ਰਿਹਾ ਦੇ ਵਿੱਚ ਪੈਸੇ ਆ ਸਾਨੂੰ ਪਤਾ ਨਹੀਂ ਲੱਭ ਰਿਹਾ, ਕਿਰਪਾ ਕਰਕੇ ਸਾਡੀ ਮਦਦ ਕਰੋ, ਸਾਨੂੰ ਪਤਾ ਲੱਗੇ ਕਿ ਆ ਪੈਸੇ ਕੀ ਹੋਏ ਆ। ਜਿਹੜਾ ਬੰਦਾ ਸਾਨੂੰ ਇਹ ਪ੍ਰੂਫ ਲੈ ਕੇ ਆਊਗਾ ਉਹ ਚਲਾ ਦੇਵਾਂਗੇ, ਜਾਂ ਫਿਰ ਫਿਲਮ ਦੇ ਵਿੱਚ ਤੁਹਾਨੂੰ ਕੋਈ ਫਰਕ ਨਹੀਂ ਪਤਾ ਲੱਗਣਾ। ਹਾਂਜੀ ਹਾਂਜੀ, ਬਹੁਤ ਵਧੀਆ ਫਿਲਮ, ਅੱਛੀ ਹੈ ਜੀ, ਮਤਲਬ ਚੰਗਾ ਕੰਸੈਪਟ ਹੈ, ਚੰਗਾ ਸੁਨੇਹਾ ਹੈ,
ਕਿ ਪੈਸੇ ਤੋਂ ਵੱਧ ਕੇ ਵੀ ਕੁਛ ਰਿਸ਼ਤੇ ਜਿਹੜੇ ਹੁੰਦੇ ਨੇ ਉਹ ਜ਼ਿੰਦਗੀ 'ਚ ਅਹਿਮੀਅਤ ਰੱਖਦੇ ਨੇ ਅਤੇ ਇੰਟਰਟੇਨਿੰਗ ਹੈ, ਪਰਿਵਾਰ ਨਾਲ ਵੇਖਣ ਵਾਲੀ ਮੂਵੀ ਹੈ, ਚੰਗੀ ਹੈ, ਬਹੁਤ ਸੋਹਣਾ ਕੰਸੈਪਟ ਹੈ। ਮੈਮ ਬਹੁਤ ਅੱਛੀ ਮੂਵੀ ਸੀਗੀ ਅਤੇ ਇਹੀ ਬਸ ਮੈਨੂੰ ਤਾਂ ਹੁਣ ਉਹੀ ਯਾਦ ਆਈ ਜਾਂਦਾ ਹੈਗਾ ਅਤੇ ਇੱਕ ਤਾਂ ਕਮੇਡੀ ਬਹੁਤ ਅੱਛੀ ਸੀਗੀ, ਬਾਈ ਦੀ ਨੈਚੁਰਲ ਐਕਟਿੰਗ ਸੀਗੀ, ਬਹੁਤ ਅੱਛਾ ਲੱਗਿਆ, ਸਾਰਾ ਕੁਛ ਸਮੂਥ ਜਾ ਰਿਹਾ ਅਤੇ ਰਿਸ਼ਤਿਆਂ ਨੂੰ ਬਹੁਤ ਵੱਡੀ ਅਹਿਮੀਅਤ ਦਿੱਤੀ ਗਈ ਹੈ, ਉਹ ਸੱਚ ਹੈਗਾ, ਪੈਸਾ ਨਹੀਂ ਹੈਗਾ, ਰਿਸ਼ਤੇ ਬਹੁਤ ਵੱਡੇ ਨੇ। ਇਹ 'ਚ ਪਤਾ ਲੱਗਿਆ ਸਾਨੂੰ ਵੀ ਪੈਸਾ ਅਹਿਮੀਅਤ ਨਹੀਂ ਰੱਖਦਾ, ਫੈਮਿਲੀ ਫਰੈਂਡਸ ਵੀ ਇਮਾਨਦਾਰੀ ਵੀ ਹੋਣੀ ਚਾਹੀਦੀ ਹੈ, ਪੈਸੇ ਨਾਲ ਆਪਾਂ ਖਰੀਦ ਨਹੀਂ ਨਾ ਸਕਦੇ ਇਸ ਚੀਜ਼ ਨੂੰ। ਕਿੱਦਾਂ ਦੀ ਲੱਗੀ? ਬਹੁਤ ਅੱਛੀ ਫਿਲਮ ਸੀ, ਫੁੱਲ ਆਫ ਇੰਟਰਟੇਨਮੈਂਟ, ਸਸਪੈਂਸ ਪੂਰਾ ਲਾਸਟ ਤੱਕ ਦਰਸ਼ਕਾਂ ਨੂੰ ਬੰਨ੍ਹ ਕੇ ਰੱਖ। ਮੂਵੀ ਬਹੁਤ ਜ਼ਿਆਦਾ ਵਧੀਆ ਹੈ, ਬਹੁਤ ਹੀ ਜ਼ਿਆਦਾ ਵਧੀਆ ਹੈ, ਦਬਾ ਦਬਾ ਕੇ ਪੰਚ ਹੈ, ਐਕਟਿੰਗ ਸਾਰਿਆਂ ਦੀ ਬਹੁਤ ਵਧੀਆ ਹੈ, ਮੇਨ ਐਕਟਰਸ ਯਹਾਨਾ ਹਰਦੀਪ ਤੋਂ ਲੈ ਕੇ ਸਾਰੇ ਕੈਰੈਕਟਰ ਆਰਟਿਸਟ ਨੇ ਬਹੁਤ ਹੀ ਜ਼ਿਆਦਾ ਅੱਛਾ ਕੰਮ ਕੀਤਾ ਹੈ, ਇੰਨੀ ਮੂਵਿੰਗ ਹੈ ਕਿ ਪਤਾ ਹੀ ਨਹੀਂ ਲੱਗਦਾ ਕਦੋਂ ਖਤਮ ਹੋ ਜਾਂਦੀ ਹੈ, ਕਦੋਂ ਸ਼ੁਰੂ ਹੁੰਦੀ ਹੈ। ਮੈਂ ਥੀਏਟਰ 'ਚ ਵੀ ਦੇਖਿਆ ਕਈ ਲੋਕ ਜਿਹੜੇ ਪ੍ਰੀਮੀਅਰ 'ਤੇ ਆਏ ਸੀਗੇ ਅਤੇ ਉਹਨਾਂ ਨੇ ਸ਼ਾਇਦ ਛੇਤੀ ਚਲੇ ਜਾਣਾ ਸੀ, ਉਹ ਵਾਪਿਸ ਆਏ ਹੈ, ਇੰਟਰਵਲ ਤੋਂ ਬਾਅਦ ਵੀ ਰੁਕੇ ਹੈ, ਐਂਡ ਤੱਕ ਰੁਕੇ ਹੈ, ਪੂਰੀ ਮੂਵੀ ਦੇਖ ਕੇ ਗਿਆ, ਬਹੁਤ ਵਧੀਆ। ਵਧੀਆ ਲੱਗ ਰਿਹਾ, ਜਿਵੇਂ ਆਡੀਅੰਸ ਐਪਰੀਸ਼ੀਏਟ ਕਰ ਰਹੀ ਆ, ਸਾਰੇ ਨੇ ਐਪਰੀਸ਼ੀਏਟ ਕੀਤਾ, ਬਹੁਤ ਵਧੀਆ ਲੱਗ ਰਿਹਾ। ਅਤੇ ਬਾਕੀ ਜ਼ਿੰਦਗੀ ਆ, ਵੈਸੇ ਵੀ ਆਮ ਹੀ ਜਿਉਂਦੇ ਹਾਂ ਅਸੀਂ, ਮਤਲਬ ਬਾਹਲੀ ਖਾਸ ਜ਼ਿੰਦਗੀ ਮੈਂ ਜਿਉਂਦਾ ਵੈਸੇ ਵੀ ਹੈ ਨਹੀਂ, ਆਮ ਹੀ ਰਹਿੰਦੇ। ਐਕਸਪੀਰੀਅੰਸ ਮੇਰਾ ਤਾਂ ਵਧੀਆ ਰਿਹਾ, ਰਿਸਪੋਂਸ ਅੱਛਾ ਆਇਆ, ਮੈਂ ਸਾਰਿਆਂ ਨੇ ਫਿਲਮ ਦੇਖੀ, ਸੋ ਰਿਸਪੋਂਸ ਅੱਛਾ ਆ ਰਿਹਾ ਸੀਗਾ, ਸਾਰਿਆਂ ਨੂੰ ਇੱਕ ਬਹੁਤ ਹੀ ਪਿਆਰੀ ਜੀ ਐਨ ਸਿੰਪਲ ਜੀ ਫਿਲਮ ਬਹੁਤ ਪਿਆਰੀ ਲੱਗ ਰਹੀ ਸੀਗੀ ਉਹਨਾਂ ਨੂੰ। ਬਾਕੀ ਹੁਣ 23rd ਨੂੰ ਰਿਲੀਜ਼ ਹੁੰਦੀ, ਆਡੀਅੰਸ ਕੀ ਕਹਿੰਦੀ ਉਦੋਂ ਦੇਖਦੇ ਹਾਂ, ਬਟ ਯਾ ਆਈ ਥਿੰਕ ਆਮ ਸੁਪਰ ਐਕਸਾਈਟਡ। ਦੇਖੋ ਮੈਨੂੰ ਸੱਚੀ ਬਹੁਤ ਵਧੀਆ ਲੱਗਿਆ, ਮੈਨੂੰ ਖੁਦ ਨਾਲ ਨਫ਼ਰਤ ਵੀ ਹੋਈ ਅੱਜ ਦੇਖ ਕੇ ਖੁਦ ਨੂੰ, ਹੈ ਨਾ, ਅਤੇ ਬਟ ਵੀਰੇ ਦੀ ਸਪੀਚ ਦੇ ਨਾਲ ਮਤਲਬ ਮੇਰੀ ਅੱਖਾਂ 'ਚ ਹੰਝੂ ਵੀ ਆਏ। ਜੇ ਕੋਈ ਇੱਦਾਂ ਦਾ ਕਰੈਕਟਰ ਆਮ ਲਾਈਫ ਦੇ ਵਿੱਚ ਹੈਗਾ ਤਾਂ ਉਹਨੂੰ ਵੀ ਸੁਧਰ ਜਾਣਾ ਚਾਹੀਦਾ, ਉਹਦੀਆਂ ਅੱਖਾਂ 'ਚ ਵੀ ਹੰਝੂ ਆਉਣੇ ਚਾਹੀਦੇ ਨੇ। ਦੇਖੋ ਜੀ, ਮੇਰੇ ਕਰੈਕਟਰ ਬਾਰੇ ਤਾਂ ਤੁਸੀਂ ਦੱਸਣਾ ਜਾਂ ਸਾਡੇ ਜਿੰਨੇ ਵੀ ਕਰੈਕਟਰਸ ਅਸੀਂ ਕੀਤੇ ਤੁਸੀਂ ਦੱਸਣਾ, ਲੋਕਾਂ ਨੇ ਦੱਸਣਾ, ਪਰ ਮੇਰੇ ਅਕੋਰਡਿੰਗ ਐਜ਼ ਏ ਦਰਸ਼ਕ ਜਿਹੜੀ ਫਿਲਮ ਸੀ ਸਾਡੀ, ਔਰ ਉਹ ਬਹੁਤ ਲਾਈਵ ਫਿਲਮ ਸੀਗੀ, ਇੰਨੀ ਲਾਈਵ ਫਿਲਮ ਮੈਂ ਜਿੰਨੀਆਂ ਫਿਲਮਾਂ ਕੀਤੀਆਂ ਜਾਂ ਦੇਖਦਾ ਬਾਕੀ ਫਿਲਮਾਂ, ਇੰਨੀ ਲਾਈਵ ਫਿਲਮ ਮੈਂ ਕਦੇ ਨਹੀਂ ਦੇਖੀ। ਐਂ ਲੱਗਦਾ ਸੀਗਾ ਕਿ ਜਿਵੇਂ ਕੋਈ ਕੈਮਰਾ ਲੈ ਕੇ ਚੋਰੀ ਸ਼ੂਟ ਕਰ ਰਿਹਾ ਸਾਡੀ ਫਿਲਮ ਨੂੰ, ਸੋ ਬਹੁਤ ਰੀਅਲਿਸਟਿਕ ਫਿਲਮ ਆਈ ਸਾਡੀ। ਔਰ ਫਿਲਮ ਦਾ ਜਿਹੜਾ ਖੂਬਸੂਰਤ ਪੱਖ ਹੁੰਦਾ ਹੈ ਕਿ ਫਿਲਮ ਕਿਤੇ ਡਰੈਗ ਨਾ ਕਰੇ, ਮੇਰੇ ਅਕੋਰਡਿੰਗ ਐਜ਼ ਏ ਦਰਸ਼ਕ ਫਿਲਮ ਦੇਖੀ ਸੀ ਮੈਂ, ਨਾ ਕਿ ਮੇਰੀ ਫਿਲਮ ਚੱਲ ਰਹੀ ਸੀ, ਸਾਡੀ ਫਿਲਮ ਨੇ ਕਿਤੇ ਡਰੈਗ ਨਹੀਂ ਕੀਤਾ। ਬਾਕੀ ਤੁਸੀਂ ਦੱਸਣਾ ਤੁਹਾਨੂੰ ਕਿਤੇ ਬੋਰ ਕੀਤਾ ਜਾਂ ਨਹੀਂ ਕੀਤਾ, ਪਰ ਮੇਰੇ ਅਕੋਰਡਿੰਗ ਸਾਡੀ ਫਿਲਮ ਨੇ ਡਰੈਗ ਨਹੀਂ ਕੀਤਾ, ਫਿਲਮ ਬੜੀ ਸਮੂਥਲੀ ਚੱਲੀ ਗਈ। ਹਰਦੀਪ ਭਾਈ ਜੀ, ਪੰਜਾਬੀ ਟੀਵੀ ਤੋਂ ਸ਼ੇਖਰ ਹੈ ਸਾਰਾ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਸ਼ਾਇਦ ਸਾਰੇ ਘਰ ਵਾਲੇ ਨੇ ਭਾਜੀ ਐਸਾ ਜਿਹੜੇ ਜਿਹੜੇ ਫਿਲਮ ਕਰਕੇ ਹਰਦੀਪ ਭਾਈ ਹਮੇਸ਼ਾ ਆਪਣਾ ਸਿਨੇਮਾ ਲੈ ਕੇ ਕੁਛ ਗੱਲਾਂ ਦੱਸੋ, ਜਿਵੇਂ ਫਿਲਮ ਬਣ ਰਹੀ ਸੀ ਐਕਚੁਅਲੀ ਇਮਾਨਦਾਰੀ 'ਤੇ ਬਣੀ ਫਿਲਮ ਆ, ਇਮਾਨਦਾਰੀ ਨਾਲ ਬਣੀ ਫਿਲਮ ਆ, ਹੈ ਨਾ, ਦੋਨੇ ਚੀਜ਼ਾਂ ਨੇ, ਬਣੀ ਵੀ ਇਮਾਨਦਾਰੀ ਨਾਲ ਅਤੇ ਬਣੀ ਵੀ ਇਮਾਨਦਾਰੀ 'ਤੇ ਆ, ਅਤੇ ਉੱਦਾਂ ਇਮਾਨਦਾਰੀ ਵਾਲੇ ਸਾਨੂੰ ਰਿਐਕਸ਼ਨ ਮਿਲੇ ਆਡੀਅੰਸ ਦੇ, ਜਿਹੜੇ ਸਾਡੇ ਨਾਲ ਬੈਠੇ ਜਿਨ੍ਹਾਂ ਨੇ ਫਿਲਮ ਦੇਖੀ, ਉਹਨਾਂ ਦੇ ਰਿਐਕਸ਼ਨਸ ਜਿਹੜੇ ਸੀ ਉਹ ਵੀ ਮੈਨੂੰ ਇਮਾਨਦਾਰੀ ਵਾਲੇ ਲੱਗੇ, ਮੈਂ ਐਵੇਂ ਕਹਾਂ। ਅਤੇ ਜਿਹੜੇ ਇੱਦਾਂ ਨੈਚੁਰਲ ਰਿਐਕਸ਼ਨਸ ਹੁੰਦੇ ਆ ਉਹ ਪ੍ਰੂਵ ਕਰਦੇ ਆ ਜੇ ਫਿਲਮ ਪਸੰਦ ਆਉਂਦੀ ਹੈ ਲੋਕਾਂ ਨੂੰ, ਅਤੇ ਸਾਡੇ ਵੱਲੋਂ ਮੇਰੇ ਸਾਨੂੰ ਵਧੀਆ ਲੱਗੀ।
ਯੈਸ ਆਈ ਮੀਨ ਪਹਿਲੀ ਗੱਲ ਤਾਂ ਥੈਂਕ ਯੂ ਤੁਸੀਂ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਉਹ ਵਾਲੀ ਚੀਜ਼ ਸੋ ਮੈਂ ਜਦੋਂ ਫਿਲਮ ਦੇਖ ਰਹੀ ਸੀਗੀ ਆਈ ਸਟਿਲ ਰਿਮੈਂਬਰ ਰਾਜ ਨੇ ਮੈਨੂੰ ਵਿੱਚ ਦੀ ਆ ਕੇ ਬੋਲਿਆ ਸੀਗਾ ਕਿ ਲੁੱਕ ਬਹੁਤ ਸੋਹਣੀ ਲੱਗ ਰਹੀ ਹੈ, ਇੱਕ ਬਹੁਤ ਹੀ ਦੇਸੀ ਵਾਲਾ ਜਿਹੜਾ ਕੈਰੈਕਟਰ ਹੈ ਇਨੋਸੈਂਸ ਹੈਗੀ ਉਹ ਕੈਰੈਕਟਰ ਦੇ ਵਿੱਚ ਦਿਖ ਰਹੀ ਹੈ, ਕਿਉਂਕਿ ਇਹਨਾਂ ਨੇ ਤਾਂ ਪਹਿਲੀ ਵਾਰ ਪੂਰੀ ਫਿਲਮ ਦੇਖੀ ਆ ਕੇ ਨਾ ਮੈਂ ਆਪਣੇ ਆਪ ਨੂੰ ਕਾਫੀ ਵਾਰ ਦੇਖ ਚੁੱਕੀ ਸੀਗੀ ਸੇਮ ਹੋਰ ਵਿੱਚ, ਪਰ ਮੈਨੂੰ ਲੱਗ ਰਿਹਾ ਸੀਗਾ ਕਿ ਉਹ ਕੈਰੈਕਟਰ ਦੇ ਨਾਲ ਮੈਚ ਉਹ ਚੀਜ਼ ਹੋ ਰਹੀ ਹੈ, ਸੋ ਆਮ ਵੈਰੀ ਹੈਪੀ ਕਿ ਮੈਨੂੰ ਐਟਲੀਸਟ ਇਹੋ ਜਿਹਾ ਕੁਝ ਵੇਰੀਏਸ਼ਨ ਕਰਨ ਦਾ ਮੈਨੂੰ ਮੌਕਾ ਮਿਲਿਆ ਆਪਣੇ ਕੈਰੈਕਟਰ ਦੇ ਵਿੱਚ। ਐਂਡ ਮੈਨੂੰ ਆਈ ਥਿੰਕ ਫਿਲਮ ਜਦੋਂ ਖਤਮ ਵੀ ਹੋਈ ਹੈ ਨਾ ਮੈਨੂੰ ਲੱਗਦਾ ਸਾਰਿਆਂ ਨੇ ਚਲੋ ਫਿਲਮ ਅੱਛੀ ਲੱਗੀ, ਸਾਰਿਆਂ ਨੇ ਬੋਲਿਆ, ਮੈਨੂੰ ਕਾਫੀ ਸਾਰੇ ਕਮੈਂਟਸ ਵੀ ਮਿਲੇ ਕਿ ਤੁਹਾਡੀ ਲੁੱਕ ਬਹੁਤ ਅੱਛੀ ਲੱਗ ਰਹੀ ਹੈ, ਇੱਕ ਉਹ ਦੇਸੀ ਪਾਨ ਹੈ ਨਾ ਭੋਲਾ ਪਾਨ ਉਹ ਕੈਰੈਕਟਰ ਦੇ ਵਿੱਚ ਦਿਖ ਰਿਹਾ, ਸੋ ਆਈ ਥਿੰਕ ਇਹ ਬਹੁਤ ਵੱਡੀ ਗੱਲ ਹੈ ਲਾਈਕ ਫੋਰ ਐਨ ਐਕਟਰ ਕਿ ਆਈ ਕੁਡ ਪਲੇ ਦੈਟ ਐਂਡ ਆਈ ਕੁਡ ਪੁੱਲ ਆਫ ਦੈਟ ਥਿੰਗ, ਸੋ ਬਹੁਤ ਵੱਡੀ ਗੱਲ ਹੈ, ਥੈਂਕ ਯੂ। ਜਦੋਂ ਆਪਾਂ ਫਿਲਮ ਬਣਾਉਂਦੇ ਹਾਂ ਫਿਲਮ ਬਣਾਉਣ ਤੋਂ ਬਾਅਦ ਰਿਸਪੋਂਸ ਮਿਲਦਾ ਉਹ ਵੀ ਮਾਰਨ ਚਾਂਸ ਨਹੀਂ ਮਿਲਦੀ, ਜਿਵੇਂ ਅੱਜ ਹੁਣ ਫਿਲਮ ਸਾਰੇ ਦੇਖ ਰਹੇ ਸੀ ਸਾਰਿਆਂ ਨੂੰ ਵਧੀਆ ਲੱਗਦੀ ਸੀ ਅਤੇ ਉਹ ਲਾਈਵ ਰਿਸਪੋਂਸ ਜਿਹੜਾ ਆਉਂਦਾ ਆਡੀਅੰਸ ਬਹਿ ਕੇ ਦੇਖਣ ਨੂੰ ਉਹਦੇ ਤੋਂ ਹੀ ਸਾਨੂੰ ਐਕਚੁਅਲੀ ਪਤਾ ਲੱਗਾ ਕਿ ਫਿਲਮ ਜਿਹੜੀ ਸੀ ਉਹਦਾ ਸਾਨੂੰ ਕਈ ਵਾਰੀ ਹੁੰਦਾ ਕਿ ਆਪਾਂ ਕਰ ਲੈਂਦੇ ਹਾਂ ਉਹਨਾਂ ਸਮੇਂ ਵੀ ਹੁੰਦਾ ਕਿ ਵਰਕ ਕਿਵੇਂ ਕਰਨੀ ਹੈ, ਪਰ ਆਡੀਅੰਸ ਨੂੰ ਉਸ ਚੀਜ਼ ਬਾਰੇ ਦੱਸਦੀ ਹੈ ਵੀ ਵਰਕ ਕੀਤੀਆਂ ਕਿ ਉਹ ਸਾਰਿਆਂ ਦੀ ਮਿਹਨਤ ਹੈ ਸਾਰੀ ਟੀਮ ਦੀ ਸਾਰੇ ਆਰਟਿਸਟਾਂ ਦੀ, ਕਿਸੇ ਵੀ ਆਰਟਿਸਟ ਨੇ ਇੱਦਾਂ ਨਹੀਂ ਕਿਹਾ ਮੈਂ ਆਹ ਇੱਦਾਂ ਦਾ ਨਹੀਂ ਕਰਨਾ ਕਿੱਦਾਂ ਦਾ, ਅਸੀਂ ਡਿਜ਼ਾਇਨ ਕੀਤੇ ਕਰੈਕਟਰ ਉਹ ਸਾਰਿਆਂ ਨੇ ਉੱਦਾਂ ਹੀ ਨਿਭਾਏ। ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਿੰਨੀ ਛੇਤੀ ਆਪਾਂ ਸਮਝ ਸਕੀਏ ਆਪਣੇ ਪਰਿਵਾਰਾਂ ਨੂੰ ਆਪਣੇ ਰਿਸ਼ਤਿਆਂ ਨੂੰ ਉਹਨਾਂ ਦੀ ਅਹਿਮੀਅਤ ਨੂੰ ਓਨਾ ਵਧੀਆ ਹੈ ਕਿ ਐਂਡ 'ਤੇ ਜਾ ਕੇ ਦੁਖੀ ਹੋ ਕੇ ਪਛਤਾਉਣ ਨਾਲੋਂ ਤਾਂ ਇਹੀ ਚੰਗਾ ਕਿ ਆਪਾਂ ਨੂੰ ਪਹਿਲੇ ਸਮਝ ਜਾਣਾ ਚਾਹੀਦਾ, ਜ਼ਰੂਰੀ ਨਹੀਂ ਪੈਸਾ ਹੀ ਸਾਰਾ ਕੁਛ ਹੈ ਲਾਈਫ ਦੇ ਵਿੱਚ, ਰਿਸ਼ਤਿਆਂ ਦੀ ਅਹਿਮੀਅਤ ਬਹੁਤ ਅਹਿਮੀਅਤ ਰੱਖਦੀ। ਦੇਖੋ ਜੀ ਕਿਸੇ ਵੀ ਫਿਲਮ ਦੇ ਵਿੱਚ ਜੇ ਕਿਸੇ ਪੋਜ਼ਿਟਿਵ ਪੱਖ ਨੂੰ ਉਭਾਰਨਾ ਹੁੰਦਾ ਤਾਂ ਉਹਦੇ ਲਈ ਤੁਹਾਨੂੰ ਬਰਾਬਰ ਦਾ ਨੈਗੇਟਿਵ ਪੱਖ ਖੜਾ ਕਰਨਾ ਪਊਗਾ, ਤਾਂ ਉੱਦਾਂ ਦੇ ਕਿਰਦਾਰ ਸੀਗੇ ਮੇਰਾ ਉਹ ਰਾਜ ਦਾ ਅਤੇ ਕਿੱਦਾਂ ਦਾ ਨਿਭਾਇਆ ਉਹ ਤਾਂ ਤੁਸੀਂ ਦੱਸਣਾ, ਅਤੇ ਬਾਕੀ ਕਲਾਈਮੈਕਸ ਦੇ ਵਿੱਚ ਜਿਵੇਂ ਕਿ ਆਪਣੀ ਫਿਲਮਾਂ ਦੇ ਵਿੱਚ ਹਮੇਸ਼ਾ ਹੀ ਹੁੰਦਾ ਅਤੇ ਹੋਣਾ ਵੀ ਚਾਹੀਦਾ ਹੈਪੀ ਐਂਡਿੰਗ ਔਰ ਸਾਰਾ ਕੁਛ ਵਧੀਆ ਹੋਣਾ ਚਾਹੀਦਾ, ਤਾਂ ਉੱਦਾਂ ਦੀ ਸਾਡੀ ਫਿਲਮ ਬੜੀ ਖੂਬਸੂਰਤ ਫਿਲਮ ਹੈ, ਮਤਲਬ ਕਿ ਅਸੀਂ ਫਿਲਮ ਲਈ ਮੇਰੇ ਖਿਆਲ ਸਾਰੇ ਡਾਇਰੈਕਟਰ ਅਸੀਂ ਐਕਟਰ ਨੇ ਉਹ ਕੋਸ਼ਿਸ਼ ਨਹੀਂ ਕੀਤੀ ਕਿ ਫਿਲਮਾਂ ਦੇ ਵਿੱਚ ਨਾ ਅਕਸਰ ਕੋਸ਼ਿਸ਼ ਕੀਤੀ ਜਾਂਦੀ, ਉਹ ਮਾੜੀ ਗੱਲ ਨਹੀਂ ਹੁੰਦੀ ਕੋਸ਼ਿਸ਼ ਕਰਨਾ ਕਿ ਫਿਲਮ ਨੂੰ ਐਕਸਟਰਾ ਦਿਖਾਉਣਾ, ਉਹਦੇ ਵਿੱਚ ਐਕਸਟਰਾ ਸੀਨ ਦੇਣੇ, ਐਕਸਟਰਾ ਸ਼ਾਰਟ ਲੈਣੇ, ਉਹ ਚੰਗੀ ਗੱਲ ਹੈ ਔਰ ਤੁਹਾਡੀ ਕ੍ਰੀਏਟੀਵਿਟੀ ਹੁੰਦੀ ਹੈ, ਬਟ ਉਹ ਫਿਲਮ ਲੋਕਾਂ ਨੂੰ ਪਸੰਦ ਕਰਾਉਣ ਲਈ ਕੀਤੀ ਜਾਂਦੀ, ਫਿਲਮ ਨੂੰ ਪਸੰਦ ਕਰਾਉਣ ਲਈ ਬਣਦੀ ਹੈ।
ਪਰ ਅਸੀਂ ਐਕਸਟਰਾ ਐਫਰਟ ਕੁਛ ਨਹੀਂ ਕੀਤਾ ਇਹਦੇ ਵਿੱਚ, ਅਸੀਂ ਐਕਸਟਰਾ ਐਫਰਟ ਆਪਣੀ ਕਹਾਣੀ 'ਤੇ ਆਪਣੇ ਕਰੈਕਟਰਸ ਦੇ ਉੱਪਰ ਕੀਤਾ, ਇੱਕ ਲਾਈਵ ਰੱਖਣ ਦੀ ਕੋਸ਼ਿਸ਼ ਕੀਤੀ ਹੈ ਫਿਲਮ ਨੂੰ, ਔਰ ਜਿੰਨੀ ਲਾਈਵ ਰਹੂਗੀ, ਜਿਹੜਾ ਕਿ ਅੱਜ ਕੱਲ੍ਹ ਚੱਲਿਆ ਇੱਕ ਅੰਗਰੇਜ਼ੀ ਦਾ ਸ਼ਬਦ, ਬਹੁਤ ਸਾਰੇ ਐਕਟਰ ਡਾਇਰੈਕਟਰ ਬੋਲਦੇ ਆ ਜਾਂ ਮੇਰੇ ਵਰਗੇ ਐਕਟਰ ਵੀ ਮੈਥਡ ਐਕਟਿੰਗ, ਮੈਥਡ ਐਕਟਿੰਗ ਕੁਛ ਨਹੀਂ ਹੁੰਦੀ, ਉਹ ਲੋਕ ਕਰਦੇ ਨਹੀਂ ਸਿਨੇਮੇ 'ਚ ਮੈਥਡ ਐਕਟਿੰਗ, ਕਰਦੇ ਐਕਟਿੰਗ ਹੀ ਹੁੰਦੇ ਆ, ਬੇਸਿਕਲ ਮੈਥਡ ਐਕਟਿੰਗ ਨੈਚੁਰਲ ਐਕਟਿੰਗ ਹੈ ਨਾ, ਰਿਲਿਸਟਿਕ ਐਕਟਿੰਗ, ਉਹਨੂੰ ਮੈਥਡ ਕਹਿੰਦੇ ਅੰਗਰੇਜ਼ੀ ਦੇ ਸ਼ਬਦ ਨੂੰ ਵੱਡਾ ਬਣਾ ਤਾ ਨਾ, ਔਰ ਅਸੀਂ ਮੇਰਾ ਨੈਚੁਰਲ ਫਿਲਮ ਬਣਾਈ ਹੈ ਔਰ ਕੋਸ਼ਿਸ਼ ਕੀਤੀ ਨੈਚੁਰਲ ਐਕਟਿੰਗ ਦੀ। ਨਹੀਂ, ਪਹਿਲੀ ਗੱਲ ਤਾਂ ਕਹਾਣੀ ਸਾਡੀ ਨੈਚੁਰਲ ਸੀਗੀ, ਕਹਾਣੀ ਆਰਟੀਫਿਸ਼ਲ ਨਹੀਂ ਸੀ, ਹੈ ਨਾ। ਇੱਕ ਹੁੰਦੀਆਂ ਨਾ ਵੀ ਫਿਕਸ਼ਨਲ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ ਚੀਜ਼ਾਂ ਆਮ ਲੋਕਾਂ ਦੀ, ਮੈਂ ਜਿਵੇਂ ਪਹਿਲਾਂ ਵੀ ਕਹਿੰਦਾ ਵੀ ਖਾਸ ਕਹਾਣੀ ਆ, ਉਸ ਤੋਂ ਬਾਅਦ ਜਿਹੜਾ ਘੜਿਆ ਚੀਜ਼ਾਂ ਘੜੀਆਂ ਸਾਡੇ ਕਰੈਕਟਰਸ ਘੜੇ ਜਾਂ ਜੋ ਐਗਜੀਕਿਊਸ਼ਨ ਸੀ ਉਹ ਸਾਡੇ ਡਾਇਰੈਕਟਰ ਸਾਹਿਬ ਦੀ ਸੀ, ਜਿਵੇਂ ਇਹਨਾਂ ਨੇ ਕਿਹਾ ਜਿਸ ਤਰੀਕੇ ਕਿਹਾ ਉਸ ਤਰੀਕੇ ਅਸੀਂ ਕਰਦੇ ਗਏ, ਅਤੇ ਟੀਮ ਵਰਕ ਹੁੰਦਾ ਜੀ, ਮੈਨੂੰ ਲੱਗਦਾ ਵੀ ਟੀਮ ਸਾਰੀ ਜਦੋਂ ਇਕੱਠੀ ਕੰਮ ਕਰਦੀ ਹੈ ਤਾਂ ਵਧੀਆ ਚੀਜ਼ ਬਣਦੀ ਹੈ। ਮੈਂ ਇਹ ਕਹਾਂਗਾ ਜੀ, ਸਾਰੀ ਟੀਮ ਦੀ ਬਹੁਤ ਮਿਹਨਤ ਲੱਗੀ ਹੈ ਅਤੇ ਫਿਲਮ ਤੁਸੀਂ ਸਾਰਿਆਂ ਨੇ ਦੇਖੀ ਆ ਹੁਣ, ਅਤੇ ਮੈਂ ਕਹਾਂਗਾ ਬਹੁਤ ਇੱਕ ਇਮਾਨਦਾਰੀ 'ਤੇ ਫਿਲਮ ਬਣੀ ਹੈ ਅਤੇ ਬੱਚਿਆਂ ਨੂੰ ਆਪਣੀ ਫੈਮਿਲੀ ਨੂੰ ਦਿਖਾਉਣ ਵਾਲੀ ਫਿਲਮ ਹੈ, ਅਤੇ ਮੈਂ ਤਾਂ ਇਹ ਕਹੂੰਗਾ ਤੇਈ ਤਰੀਕ ਨੂੰ ਫਿਲਮ ਲੱਗ ਰਹੀ ਹੈ ਅਤੇ ਸਾਰੇ ਸਿਨੇਮਾ ਘਰਾਂ 'ਚ ਜਾ ਕੇ ਦੇਖੋ, ਤੁਹਾਡੇ ਲਈ ਬਣਾਈ ਹੈ। ਕੋਈ ਗੱਲ ਨੀ, ਪੈਸੇ ਮੰਡਣ ਵਾਲੀ ਆ, ਉਹਦੇ 'ਚ ਆਪਾਂ ਬਣ ਦਿੰਦੇ ਹਾਂ, ਉਹ ਵੈਸੇ ਮੇਰੇ ਕੰਮ ਚਲੋ। ਅਮਨ ਇੱਥੇ ਸੀ, ਮੇਰਾ ਇੱਕਦਮ ਦਿਮਾਗ 'ਚ ਆਇਆ ਕਿ ਉਹਦੇ ਬਾਰੇ ਕੁਛ ਦੱਸਿਆ ਨੀ, ਸੋ ਡਾਇਲੋਗ ਭਿੰਦੀ ਟੋਲਵਾਲ ਦੇ ਸੀ, ਤੇ ਬਹੁਤ ਹੀ ਪਿਆਰੀ ਫਿਲਮ ਬਣੀ ਆ, ਮੈਨੂੰ ਤਾਂ ਬਹੁਤ ਚੰਗੀ ਲੱਗੀ, ਮੈਂ ਜਦੋਂ ਦੇਖ ਰਹੀ ਸੀਗੀ ਤਾਂ ਮਤਲਬ ਮੈਂ ਅੱਜ ਰੋਣ ਲੱਗ ਗਈ। ਬੇਈਮਾਨ ਕੋਲਾ ਜਾਂ ਮੈਨੂੰ ਕੈਦ ਕਰ ਲਿਆ ਜਾਂ ਮੈਂ ਖੋ ਗਿਆ, ਜਿਵੇਂ ਪੈਸਾ ਖੋ ਜਾਂਦਾ ਹੈ ਨਾ, ਇਸ ਤਰ੍ਹਾਂ ਦਾ ਕਨਸੈਪਟ ਹੈ, ਪਰਿਵਾਰਕ ਕਹਾਣੀ ਹੈ, ਭਰਾਵਾਂ ਦੀ ਹੈ, ਪੈਸਾ ਫਿੱਕ ਪਾ ਦਿੰਦਾ, ਰਿਸ਼ਤੇ ਪਹਿਲਾਂ ਹੁੰਦੇ ਨੇ ਅਤੇ ਪੈਸਾ ਬਾਅਦ ਦੇ ਵਿੱਚ ਹੈ, ਔਰ ਪਰਿਵਾਰਾਂ ਨੂੰ ਜੋੜਨ ਵਾਲੀ ਇੱਕ ਕਹਾਣੀ ਹੈ, ਦੋ ਭਰਾਵਾਂ ਦੀ ਕਹਾਣੀ ਹੈ, ਅਤੇ ਪੈਸਾ ਕਿੱਥੋਂ ਕਿੱਥੇ ਘੁੰਮਦਾ, ਦਿਖਦਾ ਕਿਸੇ ਕੋਲ ਨਹੀਂ ਹੈਗਾ, ਔਰ ਇਹਦੇ ਵਿੱਚ ਇੱਕ ਜਿਹੜੀ ਮੈਂ ਹੋਰ ਗੱਲ ਕਹਿਣੀ ਚਾਹੁੰਦਾ, ਕਿਉਂਕਿ ਅਸੀਂ ਪਿੱਛੇ ਨਾ ਇੱਕ ਜਗਜੀਤ ਆਪਣਾ ਸੰਧੂ ਦੀ ਫਿਲਮ ਦੇਖੀ ਸੀ ਭੋਲਾ, ਉਹਦੇ ਵਿੱਚ ਸੋਸ਼ਲ ਮੀਡੀਆ ਦਾ ਬੜਾ ਇੱਕ ਯੋਗਦਾਨ ਹੈ, ਜਿੱਥੋਂ ਬੰਦੇ ਕੋਲ ਇਹ ਹੁੰਦਾ ਨਾ ਵੀ ਮੈਨੂੰ ਕਿਤੇ ਇਨਸਾਫ਼ ਨਹੀਂ ਮਿਲਣਾ, ਮੈਨੂੰ ਕਚਹਿਰੀਆਂ 'ਚ ਮੈਨੂੰ ਪਰੂਫ ਚਾਹੀਦਾ, ਤਾਂ ਉੱਥੇ ਸੋਸ਼ਲ ਮੀਡੀਆ ਬੜਾ ਕੰਮ ਆਉਂਦਾ, ਅਤੇ ਮੈਨੂੰ ਲੱਗਦੀ ਵੀ ਇਹਦੇ ਵਿੱਚ ਨਾ ਸੋਸ਼ਲ ਮੀਡੀਆ ਜਦੋਂ ਆਉਂਦਾ
ਆਪਾਂ ਕਿਸੇ ਨੂੰ ਕੋਈ ਕਹਿੰਦੇ ਹਾਂ ਵੀ ਕੌਣ ਖੜੂ ਸਾਡੇ ਲਈ, ਅਤੇ ਸੋਸ਼ਲ ਮੀਡੀਆ ਆ ਕੇ ਖੜਦਾ ਜਿਸ ਤੁਹਾਨੂੰ ਸਪੋਰਟ ਕਰਦਾ ਵੀ ਜਿਹੜੇ ਚੰਗਾ ਜਿੱਥੇ, ਕਿਉਂਕਿ ਜ਼ਿਆਦਾਤਰ ਕੀ ਹੁੰਦਾ ਆਪਣੇ ਚੈਨਲ 'ਤੇ ਆਪਾਂ ਸੋਸ਼ਲ ਮੀਡੀਆ ਨੈਗੇਟਿਵਿਟੀਆਂ ਦਿਖਾਈ ਜਾਂਦੇ ਵੀ ਉਹ ਐਂ ਹੋ ਗਿਆ, ਜਿਹੜੇ ਚੰਗੀਆਂ ਚੀਜ਼ਾਂ ਨੇ ਉਹਨਾਂ ਨੂੰ ਵੀ ਦਿਖਾਉਣਾ ਚਾਹੀਦਾ। ਅਤੇ ਇਸੇ ਤਰ੍ਹਾਂ ਫਿਲਮ ਦਾ ਵਿੱਚ ਹੈ, ਫਿਲਮ ਦਾ ਵਿਸ਼ਾ ਬਹੁਤ ਸੋਹਣਾ, ਅਤੇ ਜੇ ਪੈਸਾ ਬੋਲਦਾ ਹੁੰਦਾ ਤੁਸੀਂ ਦੇਖੋ, ਸਾਰੇ ਪਰਿਵਾਰ ਨੂੰ ਦੇਖਣੀ ਚਾਹੀਦੀ ਹੈ। ਮੈਨੂੰ ਲੱਗਦਾ ਬਹੁਤ ਵੱਡੀ ਸਿੱਖਿਆ ਮਿਲਦੀ ਹੈ, ਜਿਹੜੇ ਕੋਈ ਕਿਸੇ ਰਿਸ਼ਤੇਦਾਰ ਨਾਲ ਧੋਖਾ ਕਰ ਜਾਂਦਾ ਹੈ ਜਾਂ ਕੋਈ ਭਰਾ ਭਰਾ ਨਾਲ ਧੋਖਾ ਕਰ ਜਾਂਦਾ ਪੈਸੇ ਪਿੱਛੇ, ਠੀਕ ਹੈ, ਮਤਲਬ ਇਹ ਹੈ ਵੀ ਜੋ ਬੀਜਦਾ ਉਹ ਵੱਢਦਾ, ਠੀਕ ਹੈ। ਅੱਜ ਤੁਸੀਂ ਕਿਸੇ ਨਾਲ ਕਰਦੇ ਹੋ ਤਾਂ ਧਰਤੀ ਗੋਲ ਆ, ਠੀਕ ਹੈ। ਜੇ ਕੋਈ ਭੈਣ ਭਾਈ ਕਿਸੇ ਨਾਲ ਕਰਦਾ ਜਾਂ ਕੋਈ ਰਿਸ਼ਤੇਦਾਰ ਚਾਚਾ ਤਾਏ ਇੱਕ ਦੂਜੇ ਨਾਲ ਕਿਸੇ ਨਾਲ ਕਰਦੇ ਨੇ, ਜੇ ਪੈਸੇ ਪਿੱਛੇ ਕਰਦੇ ਨੇ, ਕਿਉਂਕਿ ਜਦੋਂ ਵੀ ਕੋਈ ਫਿੱਕ ਪੈਂਦੀ ਹੈ ਜਾਂ ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ ਵੀ ਕੋਈ ਕਤਲ ਹੋ ਜਾਂਦਾ ਜਾਂ ਜੋਰੂ ਔਰ ਜ਼ਮੀਨ, ਤਿੰਨ ਕਾਰਨ ਹੁੰਦੇ ਨੇ ਰਿਸ਼ਤਾ ਟੁੱਟਣ ਦੇ ਵਿੱਚ ਵੀ, ਇਹ ਤਿੰਨੇ ਕਾਰਨ ਹੁੰਦੇ ਨੇ। ਸੋ ਮੈਨੂੰ ਲੱਗਦੀ ਇਹ ਚੀਜ਼ਾਂ ਨੇ ਜਿਹੜੀਆਂ ਇਹ ਨਹੀਂ ਹੋਣੀਆਂ ਚਾਹੀਦੀਆਂ। ਜੇ ਤੁਹਾਨੂੰ ਲੱਗਦਾ ਵੀ ਇਹ ਚੀਜ਼ਾਂ ਵਿਚਾਲੇ ਆ ਰਹੀਆਂ ਤਾਂ ਉਹਦੇ ਵਿਚਾਰ ਕਰਨੀ ਚਾਹੀਦੀ ਆ। ਸੋ ਰਿਸ਼ਤੇ ਪਹਿਲਾਂ ਰੱਖੋ, ਪੈਸਾ ਬਾਅਦ ਦੇ ਵਿੱਚ। ਸਰ, ਰਾਜ ਧਾਲੀਵਾਲ ਦੀ ਐਕਟਿੰਗ ਬਾਰੇ ਕੀ ਕਹੋਗੇ, ਉਹਨਾਂ ਦੇ ਨੈਗੇਟਿਵ ਕਿਰਦਾਰ ਬਾਰੇ ਕੀ ਕਹੋਗੇ? ਹਾਂ, ਬਹੁਤ ਸੋਹਣਾ ਕਰੈਕਟਰ ਸੀਗਾ, ਮੈਂ ਇੱਦਾਂ ਦਾ ਕਰੈਕਟਰ ਉਹਨਾਂ ਪਹਿਲੀ ਵਾਰ ਦੇਖਿਆ ਨਾ, ਅਤੇ ਵੀ ਉਹ ਕਿਸ ਤਰ੍ਹਾਂ ਆਪਣਾ ਦਰਾਣੀ ਜਠਾਣੀ ਵਾਲਾ ਇਸ ਤਰ੍ਹਾਂ ਦਾ ਕਰੈਕਟਰ ਉਹਦਾ ਹੈਗਾ, ਪਰ ਅਸਲ ਜ਼ਿੰਦਗੀ 'ਚ ਤਾਂ ਉੱਦਾਂ ਦੀ ਹੈ ਨਹੀਂ ਉਹ, ਕਿਉਂਕਿ ਜਿਹੜਾ ਕਰੈਕਟਰ ਦਿੱਤਾ ਜਾਂਦਾ ਹੈ ਨਾ ਡਾਇਰੈਕਟਰ ਸਾਹਿਬ ਵੱਲੋਂ, ਅਤੇ ਉੱਦਾਂ ਦਾ ਕਰਨਾ ਪੈਂਦਾ। ਕਿਆ ਬਹੁਤ ਹਾਸਮੁੱਖ ਨੇ ਉਹ, ਤੁਹਾਡੇ ਨਾਲ ਕਿੱਦਾਂ ਰਹਿੰਦੇ ਨੇ? ਨਹੀਂ, ਐਵੇਂ ਰਹਿੰਦੇ ਨੇ, ਦੋਸਤਾਂ ਵਾਂਗ ਰਹਿੰਦੇ ਹਾਂ ਜੀ। ਮੈਨੂੰ ਤਾਂ ਯਕੀਨ ਨਹੀਂ ਆ ਵੀ ਮੇਰਾ ਵਿਆਹ ਹੋਇਆ ਇੰਨੇ ਸਾਲ ਹੋ ਗਏ, ਠੀਕ ਨਹੀਂ, ਅਸੀਂ ਦੋਸਤਾਂ ਵਾਂਗ ਰਹਿੰਦੇ ਹਾਂ। ਉਹ ਹੁੰਦਾ ਨਾ ਕਈ ਵਾਰ ਪਤੀ ਪਤੀ ਤੁਸੀਂ ਜੀ ਹੈ ਜੀ ਫਿਰ ਜੀ, ਉਹ ਨਹੀਂ ਹੈਗਾ, ਉਹ ਜਿਵੇਂ ਮਤਲਬ ਪਹਿਲਾਂ ਲਾ ਲਓ ਵੀ ਪਹਿਲਾਂ ਉੱਦਾਂ ਹੀ ਆਪਾਂ ਇੱਕ ਦੂਜੇ ਨੂੰ ਜਾਣਦੇ ਹੁੰਦੇ ਹਾਂ, ਜਾਣਦੇ ਸੀਗੇ ਨਾ, ਚਲੋ ਮੇਰੇ ਜੂਨੀਅਰ ਰਹੇ ਨੇ, ਅਤੇ ਜਿਵੇਂ ਆਪਾਂ ਉੱਦਾਂ ਬੋਲਦੇ ਸੀਗੇ ਨਾਂ ਲੈ ਕੇ ਵੀ ਰਜਿੰਦਰ ਆਏ ਆਏ ਹਾਂ, ਉਵੇਂ ਉਹ ਮੈਨੂੰ ਨਾਂ ਲੈ ਕੇ ਬੁਲਾਉਂਦੀ ਆ, ਅਤੇ ਮੈਨੂੰ ਕੋਈ ਲੱਗਦਾ ਹੀ ਨਹੀਂ ਹੈਗਾ, ਕਦੇ ਫੀਲਿੰਗ ਨਹੀਂ ਆਈ ਉਹ, ਜਿਵੇਂ ਹੁੰਦਾ ਨਾ ਵੀ ਉਹ ਪਤੀ ਪਤਨੀ ਵਾਲੀ, ਉਹ ਨਹੀਂ ਹੈਗੀ ਉਹ। ਦਿਨ ਪਰ ਦਿਨ ਉਹ ਯੰਗ ਹੁੰਦੇ ਜਾਂਦੇ ਨੇ, ਜਿੱਦਾਂ ਜਿੱਦਾਂ ਮੈਨੂੰ ਲੱਗਦਾ ਉਹਨਾਂ ਦੀ ਏਜ਼ ਵੱਧਦੀ ਜਾਂਦੀ ਹੈ, ਉਹ ਯੰਗ ਹੁੰਦੇ ਜਾਂਦੇ ਨੇ। ਇੱਕ ਤਾਂ ਇਹ ਹੁੰਦਾ ਵੀ ਜਦੋਂ ਆਪਾਂ ਸਿਨੇਮੇ 'ਚ ਆਉਣਾ ਜਾਂ ਆਪਣਾ ਕਿਸੇ ਵੀ ਹੈ ਨਾ ਕੈਮਰੇ 'ਤੇ ਆਉਣਾ ਆਪਾਂ ਨੇ, ਹੈ ਨਾ ਪਰਦੇ 'ਤੇ ਆਉਣਾ, ਤਾਂ ਥੋੜ੍ਹਾ ਮੇਨਟੇਨ ਰੱਖਣਾ ਪੈਂਦਾ, ਪਰ ਇਹ ਵੀ ਇੱਕ ਭੱਜ ਨੱਠ ਬਹੁਤ ਰਹਿੰਦੀ। ਮੈਂ ਅੱਜ ਵੀ ਉਹਨੂੰ ਕਿਹਾ, ਮੈਂ ਕਿਹਾ ਵੀ ਜਮ੍ਹਾਂ ਹੀ ਮਾੜੀ ਹੋ ਗਈ, ਕਿਉਂਕਿ ਹੁਣ ਲਾ ਲਓ ਵੀ ਤੁਸੀਂ ਵੀ ਉਹਨੂੰ ਕੰਮ ਬਹੁਤ ਹੈ, ਲਗਾਤਾਰ ਫਿਲਮਾਂ ਆ ਰਹੀਆਂ ਨੇ, ਡੇਟਾਂ ਹੀ ਨਹੀਂ ਹੈਗੀਆਂ, ਤਿਉਹਾਰ ਦਾ ਦਿਨ ਹੁੰਦਾ ਜਿਵੇਂ ਲਾ ਲਓ ਵੀ ਦੀਵਾਲੀ ਲੰਘੀ ਹੈ ਜਾਂ ਲੋਹੜੀ ਹੈ, ਉਹ ਕਹਿ ਕੇ ਰਖਾਈਦਾ ਵੀ ਆਹ ਡੇਟ ਖਾਲੀ ਰੱਖਣੀ, ਵੀ ਉੱਦਣ ਤਾਂ ਚੱਲ ਬੰਦਾ ਘਰ ਹੋਵੇ ਹੈ ਨਾ, ਅਤੇ ਉੱਦਣ ਹਰੇਕ ਇਨਸਾਨ ਹੁੰਦਾ ਮੈਂ ਆਪਣਾ ਜਿਹੜਾ ਜੱਦੀ ਮੇਰਾ ਘਰ ਆ ਜਾਂ ਵੀ ਮੈਂ ਤਿਉਹਾਰ ਭਾਈ ਉੱਥੇ ਮਨਾਵਾਂ, ਬਾਕੀ ਡੇਟਾਂ ਹੁਣ ਨਾ ਤਾਂ ਅੱਧੇ ਸਾਡੇ ਰਿਸ਼ਤੇਦਾਰ ਨਾਰਾਜ਼ ਹੁੰਦੇ ਵੀ ਵਿਆਹ ਤਾਂ ਨਹੀਂ ਆਉਂਦੇ, ਹੁਣ ਕੀ ਦੱਸਿਆ ਉਹਨੂੰ ਡੇਟਾਂ ਹੀ ਨਹੀਂ, ਹੈ ਨਾ, ਜ਼ਰੂਰੀ ਹੈ ਵੀ, ਜ਼ਰੂਰੀ ਹੈ ਦੇਖੋ ਉਹ ਵੀ ਕੰਮ, ਅਤੇ ਕੰਮ ਬਹੁਤ ਆ, ਮਤਲਬ ਬਹੁਤ ਜ਼ਿਆਦਾ ਕੰਮ ਆ, ਚਲੋ ਤਰੱਕੀ ਹੈ, ਇੰਨੀ ਸਟਰਗਲ ਕਰੀ ਹੈ, ਅਤੇ ਮੈਨੂੰ ਉਮੀਦ ਆ ਵੀ ਮੈਂ ਤਾਂ ਉਹ 'ਚ ਵੀ ਆਪਣੇ ਸੁਪਨੇ ਦੇਖਦਾ, ਮੇਰੇ ਸੁਪਨੇ ਪੂਰੇ ਕਰੂਗੀ। ਹਾਂਜੀ, ਮੇਰੀ ਮੈਮ ਨਾਲ ਗੱਲ ਵੀ ਹੋਈ ਸੀ, ਉਹ ਮੈਨੂੰ ਕਹਿੰਦੇ ਕਹਿੰਦੇ ਮੇਰੀਆਂ 11 ਫਿਲਮਾਂ ਆਉਣ ਵਾਲੀਆਂ ਨੇ, ਮਤਲਬ 11 ਫਿਲਮਾਂ ਆਉਣ ਵਾਲੀਆਂ ਨੇ, ਅਤੇ ਪਤਾ ਨਹੀਂ ਕਿੰਨਾ ਹੋਰ ਵੀ ਕੰਮ ਆਵੇ, ਹੈ ਨਾ, ਸੋ ਕਿੰਨੀ ਕੁ ਖੁਸ਼ੀ ਹੁੰਦੀ ਆ ਜਦੋਂ ਲਗਾਤਾਰ ਬੈਕ ਟੂ ਬੈਕ ਕੰਮ ਆਉਂਦਾ ਆ? ਨਹੀਂ, ਹੁੰਦਾ ਮੈਂ ਕਿਹਾ ਘੱਟੋ ਘੱਟ ਜਿਹੜੇ ਇਸ ਖੇਤਰ 'ਚ 12 ਫਿਲਮਾਂ ਤਾਂ ਵੈਸੇ ਹੀ ਬਣਦੀਆਂ ਨੇ, ਵੀ ਇੰਨੀਆਂ ਤਾਂ ਹੋਣੀ ਚਾਹੀਦੀਆਂ ਨੇ ਇੱਕ ਮਹੀਨੇ 'ਚ ਇੱਕ। ਮੈਂ 31 ਮਾਰਚ ਪਿੱਛੋਂ ਰਿਟਾਇਰ ਹੋਏ, 9 ਫਿਲਮਾਂ ਤਾਂ ਮੈਂ ਕਰ ਲਈਆਂ, ਮੈਂ ਵੀ ਜੋਬ ਛੱਡੀ, ਗੌਰਮੈਂਟ ਜੋਬ, ਮੈਂ ਗੌਰਮੈਂਟ ਫਿਲਮਾਂ ਕਰਕੇ ਛੱਡੀ ਆ, ਮੈਂ ਐਜ਼ ਏ ਹੈੱਡ ਟੀਚਰ ਪੜ੍ਹਾਇਆ ਮੈਂ 23 ਸਾਲ, ਅਤੇ ਮੈਂ ਉਹ ਛੱਡਤੀ, ਮੈਡਮ ਨੇ ਵੀ ਛੱਡਤੀ, ਇਹਨੇ 2 ਸਾਲ ਪਹਿਲਾਂ ਛੱਡਤੀ ਸੀ, ਵੀ ਇੱਕ ਪਾਸੇ ਹੁਣ ਫੀਲਡ ਕਰੋ। ਮੇਰਾ ਕਹਿਣ ਦਾ ਮੰਨਣਾ ਵੀ ਜਦੋਂ ਚਲੋ ਰੋਜ਼ੀ ਰੋਟੀ ਦੀ ਕਰਨੀ ਪੈਂਦੀ ਸੀ ਜੋਬ ਆਪਾਂ ਨੂੰ, ਅਤੇ ਪਰ ਇਹ ਵੀ ਜਦੋਂ ਤੁਹਾਡਾ ਤੁਹਾਨੂੰ ਇਹ ਲੱਗਦਾ ਹੁੰਦਾ ਆਪਣਾ ਸ਼ੌਂਕ ਨਾ ਮਰਨ ਦਿਓ, ਤੁਹਾਡਾ ਕੋਈ ਵੀ ਸ਼ੌਂਕ ਹੈ ਉਹਨੂੰ ਜਿਉਂਦਾ ਰੱਖੋ, ਜਿਉਂਦਾ ਰੱਖੋ, ਜਦ ਉਹ ਤੁਹਾਡਾ ਇੰਨਾ ਹਾਵੀ ਹੋ ਜਾਵੇ ਫਿਰ ਤੁਸੀਂ ਉਹ ਕਿੱਤੇ ਨੂੰ ਛੱਡ ਕੇ ਜਿਹੜਾ ਤੁਹਾਡਾ ਇਹ ਹੋਬੀ ਹੈ ਉਹਨੂੰ ਤੁਸੀਂ ਆਪਣਾ ਕਿੱਤਾ ਬਣਾ ਲਓ, ਬਸ ਇਹ ਚੀਜ਼ ਹੈ। ਸਰ, ਤੁਹਾਡੇ ਆਉਣ ਵਾਲੇ ਪ੍ਰੋਜੈਕਟ ਬਾਰੇ ਸਾਨੂੰ ਦੱਸੋ, ਤੁਹਾਡੀਆਂ ਕਿੰਨੀਆਂ ਕੁ ਫਿਲਮਾਂ ਆਉਣ ਵਾਲੀਆਂ ਨੇ? ਮੇਰੀ ਅਗਲੀ ਫਿਲਮ ਆ ਰਹੀ ਹੈ ਅਗਲੀ 23 ਤਰੀਕ ਨੂੰ, ਫਿਰ ਮਿਲਾਂਗੇ ਆਪਾਂ 21-22 ਨੂੰ। ਨਾਮ ਦੱਸੋ ਫਿਲਮ। ਫਿਲਮ ਹੈ ਉਹਦੇ ਵਿੱਚ ਮੈਂ ਮੇਰੇ ਹੈ ਵੀ 5-6 ਸੀਨ ਨੇ ਮੇਰੇ, ਹੀਰੋਇਨ ਦਾ ਫਾਦਰ ਆ, ਮੈਨੂੰ ਫਾਦਰ ਵਾਲੀ ਆਉਂਦੇ ਜ਼ਿਆਦਾ, ਹੈ ਨਾ। ਰੌਕ ਸਟਾਰ ਆਈ ਸੀਗੀ ਯੁਵਰਾਜ ਹੰਸ ਸੀ, ਉਹਦੇ ਵਿੱਚ ਮੇਰਾ ਨੈਗਟਿਵ ਦੁੱਖਦਾ ਸੀਗਾ,
ਅਤੇ ਦੀਪ ਢਿੱਲੋਂ ਜੈਸਮੀਨ ਉਹਨਾਂ ਦੀ ਫਿਲਮ ਆਈ ਹੈ ਉਹ ਆਪਣਾ ਜਿਹੜੀ ਹੈ ਛੱਤਰੀ ਉਹ ਵੀ ਰਿਲੀਜ਼ ਹੋਈ ਸੀਗੀ, ਉਹ ਚੌਪਾਲ 'ਤੇ ਰਿਲੀਜ਼ ਹੋਈ ਸੀਗੀ। ਮੈਂ ਕਰੀਆਂ ਹਰੇਕ ਮਹੀਨੇ ਇੱਕ ਅੱਧੀ ਫਿਲਮ ਕਰ ਲੈਂਦਾ, ਪਰ ਹਾਲੇ ਮੈਂ ਫੀਲਡ 'ਚ ਮਾੜਾ ਮੋਟਾ ਕਰੀ ਜਾਂਦਾ ਨਵਾਂ ਥੋੜ੍ਹਾ ਜਿਹਾ ਟਾਈਮ, ਪਹਿਲਾਂ ਟਾਈਮ ਦੀ ਪ੍ਰੋਬਲਮ ਸੀਗੀ, ਮੈਂ ਜਵਾਬ ਦਿੰਦਾ ਸੀਗਾ, ਹੁਣ ਮੇਰੇ ਕੋਲ ਕੰਮ ਆਉਂਦਾ ਕੰਮ ਕਰੀ ਜਾਂਦੇ, ਵੈਬ ਸੀਰੀਜ਼ ਆ ਗਈ ਉਹ ਵੀ ਕਰ ਲਈ, ਅਤੇ ਕੋਈ ਫਿਲਮ ਆ ਗਈ ਉਹ ਕਰ ਲਈ, ਕਰੀ ਜਾਂਦੇ। ਵਧੀਆ ਸਰ, ਅਸੀਂ ਉਮੀਦ ਕਰਦੇ ਹਾਂ ਤੁਸੀਂ ਬੈਕ ਟੂ ਬੈਕ ਸਾਨੂੰ ਮਿਲਦੇ ਰਹੋ। ਥੈਂਕ ਯੂ ਸੋ ਮਚ ਸਰ। ਥੈਂਕ ਯੂ ਬਹੁਤ ਧੰਨਵਾਦ ਤੁਹਾਡਾ, ਬਹੁਤ ਧੰਨਵਾਦ। ਥੈਂਕ ਯੂ ਸਰ। ਅਸੀਂ ਫਿਲਮ ਦੇਖੀ, ਸਾਨੂੰ ਬਹੁਤ ਪਿਆਰੀ ਲੱਗੀ, ਬਹੁਤ ਸੋਹਣਾ ਮੈਸੇਜ ਸੀਗਾ ਫਿਲਮ ਦੇ ਵਿੱਚ, ਸੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਤੁਸੀਂ ਜੋ ਕਹਿਤਾ ਮੇਰੇ ਲਈ ਉਹ ਵੀ ਬੜਾ ਅਨਮੋਲ ਹੈ ਕਿ ਪਿਸ ਜਦੋਂ ਫਿਲਮ ਤੁਸੀਂ ਦੇਖੀ ਹੈ, ਮੈਨੂੰ ਇਹ ਸੀਗਾ ਵੀ ਮੈਂ ਤਾਂ ਬਹੁਤ ਵਾਰ ਜਦੋਂ ਬੰਦਾ ਫਿਲਮ ਬਣਾਉਂਦਾ ਹੈ, ਉਹਨੂੰ ਐਡਿਟ ਕਰਦਾ ਹੈ, ਮਿਊਜ਼ਿਕ ਕਰਦਾ, ਸਾਰੇ ਜਦ ਬਹੁਤ ਵਾਰ ਫਿਲਮ ਦੇਖੀ ਹੁੰਦੀ ਹੈ, ਕਈ ਚੀਜ਼ਾਂ ਦੇਖੋ ਜਦੋਂ ਐਜ਼ ਏ ਡਾਇਰੈਕਟਰ ਤੁਸੀਂ ਕੰਮ ਕਰਦੇ ਹੋ ਤਾਂ ਉਹ ਕਈ ਚੀਜ਼ਾਂ ਦਾ ਇੱਦਾਂ ਹੁੰਦਾ ਵੀ ਮਨ 'ਚ ਆਉਂਦੀਆਂ ਨੇ, ਬਾਅਦ 'ਚ ਆਉਂਦੀਆਂ ਵੀ ਯਾਰ ਇੱਥੇ ਸ਼ਾਇਦ ਮੈਂ ਇੱਦਾਂ ਥੋੜ੍ਹਾ ਜਿਹਾ ਕਰਦਾ, ਸ਼ੱਕ ਸ਼ੁਬੇ ਬਹੁਤ ਹੁੰਦੇ ਆ, ਪਰ ਜਿਵੇਂ ਹੁਣ ਅੱਜ ਦੇਖੀ ਫਿਲਮ ਸਾਰਿਆਂ ਨੇ, ਆਡੀਅੰਸ ਦਾ ਰਿਸਪੋਂਸ ਲਾਈਵ ਦੇਖ ਕੇ ਅਤੇ ਬਸ ਬੜੀ ਖੁਸ਼ੀ ਹੋਈ ਹੈ ਜੀ। ਸਰ ਮੈਂ ਇੱਕ ਗੱਲ ਪੁੱਛਣਾ ਚਾਹੁੰਦੀ ਹਾਂ, ਜਦੋਂ ਫਿਲਮ ਦੀ ਅਨਾਊਂਸਮੈਂਟ ਹੋਈ ਸੀ ਤਾਂ ਉਹ ਫਿਲਮ ਦਾ ਨਾਮ ਰੱਖਿਆ ਗਿਆ ਸੀ ਜਿੰਦੇ ਕੁੰਡੇ ਲਾ ਲਓ, ਹੈ ਨਾ, ਅਤੇ ਹੁਣ ਇਸ ਫਿਲਮ ਦਾ ਟਾਈਟਲ ਚੇਂਜ ਕੀਤਾ ਤੁਸੀਂ ਬਾਅਦ ਦੇ ਵਿੱਚ, ਉਸਦਾ ਕੋਈ ਕਾਰਨ? ਕਾਰਨ ਕੋਈ ਨਹੀਂ ਜੀ, ਜਿੰਦੇ ਕੁੰਡੇ ਲਾ ਲਓ ਵੀ ਬਹੁਤ ਸੋਹਣਾ ਟਾਈਟਲ ਸੀਗਾ, ਮੈਨੂੰ ਤਾਂ ਵੀ ਵਧੀਆ ਲੱਗਦਾ ਸੀਗਾ, ਪਰ ਕਿਤੇ ਨਾ ਕਿਤੇ ਜਦੋਂ ਸਾਡੀ ਫਿਲਮ ਬਣ ਕੇ ਤਿਆਰ ਹੋਈ ਅਤੇ ਪੈਸੇ ਦਾ ਤੁਹਾਨੂੰ ਪਤਾ ਬਹੁਤ ਵੱਡਾ ਰੋਲ ਹੈ ਸਾਡੀ ਜ਼ਿੰਦਗੀ ਵਿੱਚ ਅਤੇ ਫਿਲਮ ਦੇ ਵਿੱਚ ਵੀ, ਅਤੇ ਸਾਨੂੰ ਲੱਗਦਾ ਵੀ ਪੈਸਾ ਇੱਕ ਐਸੀ ਚੀਜ਼ ਹੈ ਉਹ ਹਰ ਬੰਦੇ ਨੂੰ ਵੈਸੇ ਹੀ ਅਟਰੈਕਟ ਕਰਦਾ, ਟਾਈਟਲ 'ਚ ਵੀ ਨਾ ਕਹਿਣਾ ਪੈਸਾ ਨਾ ਪਾ ਦਿੱਤਾ ਜਾਵੇ, ਸੋ ਇਸ ਕਰਕੇ ਅਸੀਂ ਟਾਈਟਲ, ਇਹ ਸਾਡੀ ਟੀਮ ਦਾ ਫੈਸਲਾ ਸੀਗਾ, ਮੈਨੂੰ ਵੀ ਠੀਕ ਲੱਗਾ ਕਹਿੰਦੇ। ਹਾਨਾ ਮੈਮ ਨੂੰ ਕੰਮ ਕਰਕੇ ਕਿੱਦਾਂ ਲੱਗਿਆ, ਕਿਉਂਕਿ ਉਹਨਾਂ ਦੀ ਪ੍ਰੋਡਕਸ਼ਨ ਵੀ ਸੀ, ਪ੍ਰੋਡਿਊਸਰ ਵੀ ਅਤੇ ਐਕਟਰ ਵੀ, ਸਭ ਕੁਝ ਸੀਗੇ, ਉਹਨਾਂ ਨਾਲ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ? ਦੇਖੋ ਜੀ, ਮੈਂ ਪਹਿਲੀ ਵਾਰੀ ਹਾਨਾ ਜੀ ਨਾਲ ਕੰਮ ਕੀਤਾ, ਮੇਰੇ ਫਿਲਮ ਦੇ ਹੀਰੋਇਨ ਵੀ ਨੇ ਅਤੇ ਮੇਰੇ ਫਿਲਮ ਦੇ ਪ੍ਰੋਡਿਊਸਰ ਵੀ ਨੇ। ਬੜਾ ਔਖਾ ਹੋ ਜਾਂਦਾ ਜਦੋਂ ਕੋਈ ਪ੍ਰੋਡਿਊਸਰ ਹੀ ਐਕਟ ਕਰ ਰਿਹਾ ਹੋਵੇ, ਪਰ ਮੇਰੇ ਲਈ ਉਲਟਾ ਈਜ਼ੀ ਹੋ ਗਿਆ, ਜਿਵੇਂ ਮੈਂ ਉਹਨਾਂ ਨੂੰ ਕਹਿੰਦਾ ਸੀਗਾ ਉਹਨਾਂ ਨੇ ਕਰ ਲੈਂਦੇ ਸੀਗੇ, ਨਾ ਉਹਨਾਂ ਨੇ ਕਰੈਕਟਰ 'ਤੇ ਕਿੰਤੂ ਪਰੰਤੂ ਕੀਤਾ, ਨਾ ਉਹਨਾਂ ਲੁੱਕ 'ਤੇ ਕਿੰਤੂ ਪਰੰਤੂ ਕੀਤਾ, ਈਵਨ ਕਿ ਮੈਂ ਕਈ ਵਾਰੀ ਉਹਨਾਂ ਨੂੰ ਕਹਿ ਦਿੰਦਾ ਤੁਸੀਂ ਵੈਨਿਟੀ ਚਲੇ ਜਾਓ, ਜਾਂਦੇ ਨਹੀਂ ਸੀ, ਉਹ ਸੈੱਟ 'ਤੇ ਬੈਠੇ ਰਹਿੰਦੇ ਸੀ, ਗਰਮੀ ਹੁੰਦੀ ਸੀ, ਮੈਂ ਕਹਿੰਦਾ ਮੇਕਅਪ ਖਰਾਬ ਹੋ ਜੂਗਾ ਤੁਹਾਡਾ, ਟੈਨ ਮੇਕਅਪ ਹੈ, ਟਾਈਮ ਲੱਗਦਾ ਉਸ ਚੀਜ਼ ਨੂੰ, ਪਰ ਉਹ ਕਹਿੰਦੇ ਮੈਨੂੰ ਇੱਥੇ ਵਧੀਆ ਲੱਗਦਾ, ਈਵਨ ਕਿ ਸਾਰੇ ਆਰਟਿਸਟ ਸਾਰੇ, ਹਰਦੀਪ ਭਾਈ ਦਾ ਵੀ ਆਦਤ ਹੈ ਕਿ ਉਹ ਵੈਨਿਟੀ 'ਚ ਬੈਠ ਕੇ ਖੁਸ਼ ਨਹੀਂ, ਉਹ ਕਹਿੰਦੇ ਮੈਂ ਇੱਥੇ ਸੈੱਟ 'ਤੇ ਵਧੀਆ ਹਾਸਾ ਖੇਡਾਂ, ਉਹ ਇੱਦਾਂ ਦਾ ਬਣ ਗਿਆ ਮਾਹੌਲ, ਲੇਡੀਜ਼ ਦਾ ਗਰੁੱਪ ਅਲੱਗ ਬਣ ਜਾਂਦਾ ਸੀਗਾ, ਅਤੇ ਜਿਵੇਂ ਹਰਦੀਪ ਭਾਜੀ ਹੈ, ਮਿੰਟੂ ਹੈ, ਜਾਂ ਪ੍ਰਤੀਕ ਸੀ, ਇਹਨਾਂ ਦਾ ਗਰੁੱਪ ਅਲੱਗ, ਹਾਸਾ ਠੱਠਾ ਚੱਲਦਾ ਰਹਿੰਦਾ ਸੀ, ਮਤਲਬ ਮੈਂ ਕਹਾਂ ਵੀ ਮੈਨੂੰ ਅਸੀਂ ਸ਼ੂਟਿੰਗ ਨੂੰ ਇੰਜੋਏ ਬਹੁਤ ਕੀਤਾ, ਤਾਂ ਹੀ ਚੀਜ਼ ਵਧੀਆ ਬਣਦੀ ਹੈ ਜਦੋਂ ਸਾਰੇ ਖੁਸ਼ ਹੋਣ, ਹੁਣ ਤੁਸੀਂ ਉਸ ਚੀਜ਼ ਨੂੰ ਸਕਰੀਨ 'ਤੇ ਵੀ ਦੇਖ ਹੀ ਰਹੇ ਹੋ। ਸਰ ਆਡੀਅੰਸ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਇਸ ਫਿਲਮ ਦੇ ਬਾਰੇ? ਆਡੀਅੰਸ ਨੂੰ ਮੈਂ ਇਹ ਕਹਾਂਗਾ ਜੀ, ਦੇਖੋ ਫਿਲਮਾਂ ਤਾਂ ਹਰ ਬੰਦਾ ਹਰ ਤਰ੍ਹਾਂ ਦੀਆਂ ਫਿਲਮਾਂ ਦੇਖਦੇ ਨੇ, ਸਿਨੇਮਾ ਹਰ ਤਰ੍ਹਾਂ ਦਾ ਬਣਦਾ, ਪਰ ਸਾਡਾ ਇੱਕ ਵੱਖਰਾ ਵਿਸ਼ਾ ਵੱਖਰਾ ਸਿਨੇਮਾ ਚੁਣਨ ਦਾ ਸਿਰਫ ਇਹੀ ਮਕਸਦ ਹੈ ਕਿ ਅਸੀਂ ਸਿਨੇਮਾ ਐਂਟਰਟੇਨ ਦੇ ਨਾਲ ਨਾਲ ਕੁਛ ਸਿੱਖਿਆ ਵੀ ਦੇ ਸਕੀਏ, ਕੁਛ ਮੈਸੇਜ ਵੀ ਦੇ ਸਕੀਏ। ਸੋ ਤੁਸੀਂ ਫਿਲਮ ਦੇਖੀ ਹੈ, ਸਾਰਿਆਂ ਨੇ ਦੇਖੀ ਹੈ, ਮੈਸੇਜ ਤੁਹਾਨੂੰ ਵੀ ਪਤਾ, ਅਸੀਂ ਇੱਕ ਰਿਸ਼ਤਿਆਂ ਨੂੰ ਲੈ ਕੇ ਇੱਕ ਮੈਸੇਜ ਦਿੰਦੇ ਕਿ ਜ਼ਿੰਦਗੀ 'ਚ ਰਿਸ਼ਤੇ ਬਹੁਤ ਇੰਪੋਰਟੈਂਟ ਹੁੰਦੇ ਨੇ ਇਨਸਾਨ ਦੇ। ਸੋ ਮੈਂ ਇਹ ਕਹਾਂਗਾ ਕਿ ਤੁਸੀਂ ਆਪ ਆਪਣੇ ਬੱਚਿਆਂ ਦੇ ਨਾਲ, ਆਪਣੀ ਪੂਰੀ ਫੈਮਿਲੀ ਦੇ ਨਾਲ ਫਿਲਮ ਜਾ ਕੇ ਦੇਖੋ, ਤਾਂ ਜੋ ਇਸ ਫਿਲਮ ਤੋਂ ਤੁਹਾਡੇ ਬੱਚੇ ਵੀ ਬਹੁਤ ਕੁਝ ਸਿੱਖ ਸਕਣ, ਤੁਹਾਨੂੰ ਬੋਲ ਕੇ ਜਾਂ ਉਹਨਾਂ ਨੂੰ ਕਦੇ ਕੋਈ ਕਹਾਣੀ ਸੁਣਾ ਕੇ ਨਾ ਦੱਸਣਾ ਪਵੇ, ਐਗਜ਼ਾਮਪਲ ਦੇ ਕੇ ਨਾ ਸਿੱਖਣਾ ਪਵੇ, ਉਹ ਤੁਹਾਨੂੰ ਇਹ ਫਿਲਮ ਦਿਖਾ ਕੇ ਤੁਹਾਡੀਆਂ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਹੋ ਜਾਣਗੀਆਂ, ਤੁਹਾਡੇ ਬੱਚਿਆਂ ਦੇ ਸਭ ਕੌਨਸ਼ੀਅਸ ਮਾਇੰਡ ਦੇ ਵਿੱਚ ਇਹ ਚੀਜ਼ ਬੈਠ ਜਾਏਗੀ, ਮੈਨੂੰ ਮੈਂ ਇਸ ਗੱਲ ਦਾ ਦਾਅਵਾ ਕਰਦਾ, ਕਿਉਂਕਿ ਉਹ ਤੁਸੀਂ ਵੀ ਦੇਖੀ ਇੱਕ ਬੜੇ ਸਿੰਪਲ ਜਿਹੇ ਤਰੀਕੇ ਨਾਲ ਅਸੀਂ ਦੱਸੀ ਹੈ, ਪਰ ਕਿਤੇ ਨਾ ਕਿਤੇ ਅੰਦਰ ਘਰ ਕਰ ਜਾਂਦੀ ਹੈ। ਸਰ ਤੁਹਾਡੇ ਆਉਣ ਵਾਲੇ ਪ੍ਰੋਜੈਕਟ ਬਾਰੇ ਅਸੀਂ ਜਾਣਨਾ ਚਾਹਾਂਗੇ।
ਆਉਣ ਵਾਲਾ ਜੀ 23 ਤਰੀਕ ਨੂੰ ਜੇ ਪੈਸਾ ਬੋਲਦਾ ਹੁੰਦਾ ਠੀਕ ਹੈ ਉਹ ਤਾਂ ਸਰ ਸਾਨੂੰ ਪਤਾ ਹੀ ਹੈ ਇਸ ਤੋਂ ਇਲਾਵਾ ਅੱਗੇ ਕੋਈ ਆਏਗੀ ਖਬਰ ਤੁਹਾਨੂੰ ਜ਼ਰੂਰ ਪਹੁੰਚਾਵਾਂਗੇ ਥੈਂਕ ਯੂ ਸਰ ਸੋ ਫਾਈਨਲੀ ਦੋਸਤੋ ਫਿਲਮ ਅਸੀਂ ਦੇਖ ਕੇ ਆਏ ਹਾਂ ਜੇ ਪੈਸਾ ਬੋਲਦਾ ਹੁੰਦਾ ਇਸ ਫਿਲਮ ਦੇ ਵਿੱਚ ਹਰਦੀਪ ਗਰੇਵਾਲ ਇਹਾਨਾ ਢਿੱਲੋਂ ਦੀ ਜੋੜੀ ਬਾ ਕਮਾਲ ਦੀ ਲੱਗ ਰਹੀ ਹੈ ਅਤੇ ਮਨਪ੍ਰੀਤ ਬਰਾੜ ਨੇ ਇਸ ਫਿਲਮ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਡਾਇਰੈਕਟ ਕੀਤਾ ਹੈ ਉੱਥੇ ਹੀ ਜੇਕਰ ਇਸ ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਫਿਲਮ ਦੇ ਵਿੱਚ ਬਹੁਤ ਹੀ ਪਿਆਰੀ ਕਹਾਣੀ ਦਿਖਾਈ ਗਈ ਹੈ ਰਿਸ਼ਤੇ ਅਤੇ ਪੈਸਿਆਂ ਦੀ ਅਹਿਮੀਅਤ ਕੀ ਹੁੰਦੀ ਹੈ ਬਹੁਤ ਹੀ ਬਰੀਕੀ ਦੇ ਨਾਲ ਇਸ ਫਿਲਮ ਦੇ ਵਿੱਚ ਦੱਸਿਆ ਗਿਆ ਹੈ ਤੁਸੀਂ ਵੀ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਜਾਓ ਅਤੇ ਇਸ ਫਿਲਮ ਨੂੰ ਆਪਣੀ ਫੈਮਿਲੀ ਦੇ ਨਾਲ ਜ਼ਰੂਰ ਦੇਖਿਓ ਇਸ ਦੇ ਨਾਲ ਹੀ ਮੈਨੂੰ ਹਰਪ੍ਰੀਤ ਕੌਰ ਨੂੰ ਅਤੇ ਕੈਮਰਾਮੈਨ ਬਿੰਦਰ ਨੂੰ ਜਾਣ ਦੀ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ